ਖੈਰ ਸਾਡੇ ਕਾਲਰ ਮੌਜੂਦ ਨੇ ਲਾਣ ਦੇ ਉੱਤੇ, ਇਹਨਾਂ ਨਾਲ ਗੱਲ ਕਰਦੇ ਹਾਂ ਜੀ। ਡੀ ਐਮ 'ਤੇ ਤੁਹਾਡਾ ਵੀ ਸਵਾਗਤ ਹੈ। ਹੈਲੋ ਜੀ ਆਇਆਂ। ਹੈਲੋ ਹੈਲੋ ਸ਼ੇਰ ਸਾਹਿਬ, ਮੈਂ ਹੀ ਬੋਲਦਾ ਫਿਰ ਬਾਬਾ ਵੜਨ ਵਾਲਾ। ਓ ਬਾਬਾ ਜੀ ਸਾਹਿਬ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਮਹਾਰਾਜ? ਬਾਬਾ ਜੀ ਠੀਕ ਠਾਕ ਹੋ? ਔਰ ਬਾਬਾ ਜੀ ਹੁਣ ਤੇ ਤੁਹਾਡੇ ਕੋਲ ਕੁਝ ਨਾ ਕੁਝ ਸੁਣਨਾ ਆ। ਨਹੀਂ ਮੈਂ ਇਹੀ ਕਹਿਣਾ ਸੀਗਾ ਵੀ ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਏ। ਹਾਂਜੀ, ਸਾਹਮਣੇ ਹੋਵੇ ਯਾਰ ਜੀ ਤਾਂ ਨੱਚਣਾ ਪੈਂਦਾ ਏ। ਹਾਂਜੀ, ਅੱਖੀਆਂ ਹੋ ਜਾਣ ਚਾਰ ਤਾਂ ਨੱਚਣਾ ਪੈਂਦਾ ਏ। ਕੀ ਬਾਤ ਹੈ! ਅੱਜ ਉਹ ਆਪਣੇ ਅੰਗਰੇਜ਼ ਅਧਿਨੀ ਸਾਇਆ ਨਾ। ਹਾਂਜੀ ਹਾਂਜੀ, ਇਹ ਮੈਂ ਬਹੁਤ ਚਿਰ ਸੁਣਿਆ, ਤੁਹਾਡੇ ਪ੍ਰੋਗਰਾਮ ਨੂੰ ਸੁਣਿਆ ਸੀਗਾ, ਜਿਹੜੇ ਦੋ ਸੀਗੇ ਸਾਡੇ ਪੰਜਾਬ ਤੋਂ ਆਏ ਜੀ ਜੀ, ਉਹ ਤੁੰਬਿਆਂ ਵਾਲੇ ਸੀਗੇ। ਉਹ ਮੈਨੂੰ ਜੇ ਥੜਕ ਹੋਵੇ ਰੀਲ ਮੈਨੂੰ ਜ਼ਰੂਰ ਭੇਜਿਓ। ਜੀ ਜੀ ਬਿਲਕੁਲ ਜੀ, ਔਰ ਮੈਂ ਇਹਦੇ ਨਾਲ ਜਵਾਬ ਦੇ ਸੀਗੇ ਅੰਗਰੇਜ਼ਾਂ ਲਈ। ਹਾਂਜੀ, ਤੇ ਮੈਂ ਕਹਿੰਦਾ ਮੈਂ ਜਮੀਕਾ ਸਿੰਘ ਆ। ਹਾਂਜੀ, ਮੈਂ ਜਮੀਕਾ ਸਿੰਘ ਉਮਰ ਨਹੀਂ। ਹਾਂਜੀ, ਇਹ ਤੇ ਤੁਹਾਨੂੰ ਪਤਾ ਅੱਜ ਕੱਲ ਦੀ ਜਿਹੜੇ ਦੇਖੋ ਜ਼ਮਾਨੇ ਦੇ ਵਿੱਚ ਜਿਹੜੇ ਕੀ ਪਤਾ, ਅਸੀਂ 90-90 ਸਾਲ ਦੇ ਵਿਆਹ ਕਰਦੇ ਜੇ, ਜਿਹੜੇ ਪੁੱਤਰ ਪੋਤਰੇ ਜਿਹੜੇ ਦੋਹਤੇ ਦੋਹਤੀਆਂ ਉਹ ਬਰਾਤ ਦੇ ਵਿੱਚ ਜਾਂਦੇ। ਗੱਲ ਇਹ ਸੀ ਜੀ ਭਾਈ, ਅਗਰ ਕਾਊਂਟਰ ਨੇ ਕੱਲ ਕਰਾਇਆ ਵਿਆਹ ਇੱਕ ਮਹਿਬੂਬ ਸਾਹਿਬ ਇੱਕ ਦਾ। ਹਾਂਜੀ ਜੀ ਜੀ, ਮਹਿਬੂਬ ਸਾਹਿਬ ਇੱਕ ਦਾ ਬਜ਼ੁਰਗ ਸੀਗਾ 90 ਸਾਲ ਦੀ ਦਾ, ਸ਼ੈਰੀ ਸਾਹਿਬ ਕਹਿੰਦੇ ਆ। ਅੱਛਾ, ਉਹ ਨਾ ਇਹਨਾਂ ਦੀ ਮੌਤ ਹੋ ਗਈ ਜੀ। ਮੌਤ ਹੋ ਗਈ ਤਾਂ ਉਹਦਾ ਲਿਜਾਣ ਲੱਗੇ ਸਿਵਿਆਂ ਨੂੰ, ਜਾਂ ਉਹਨੂੰ ਖਤਮ ਕਰਨ ਲੱਗੇ ਤਾਂ ਉਹ ਸਾਡੇ ਪੰਜਾਬੀ ਚ ਮੇਨ ਨੀ, ਤੁਹਾਡੇ ਵੀ ਪਾਸੇ ਵੀ ਇਹੋ ਸਾਡੇ ਸਹਿਕ ਆਇਆ ਵੀ ਜਾਣ ਕੇ ਮੂੰਹ ਨੂੰ ਘੇ ਪਾਉਂਦੇ ਜਾਂ ਖੰਡ ਮਿੱਠਾ ਮੂੰਹ ਲਾਉਂਦੇ ਆ ਜੀ ਜੀ। ਘਰ ਚ ਕੋਈ ਲੱਭਾ ਨੀ ਤਾਂ ਉਹਨਾਂ ਨੂੰ ਛੁਆਰਾ ਪਿਆ ਸੀਗਾ ਕੋਈ। ਹਾਂਜੀ, ਉਹ ਛੁਆਰਾ ਬਜ਼ੁਰਗ ਦੇ ਮੂੰਹ ਚ ਪਾਤਾ ਜੀ। ਜਦ ਮੂੰਹ ਚ ਛੁਆਰਾ ਪਾਇਆ ਤਾਂ ਬਜ਼ੁਰਗ ਉੱਠ ਕੇ ਬਹਿ ਗਿਆ, ਕਹਿੰਦੇ ਪੁੱਤ ਕਿਹੜੇ ਪਿੰਡੋਂ ਆਇਆ? ਬਾਕੀ ਬੜੀ ਅੱਛੀ ਬਾਬਾ ਜੀ। ਹਾਂਜੀ, ਔਰ ਇਸੇ ਤਰ੍ਹਾਂ ਹੀ ਸਾਡਾ ਤੁਹਾਡਾ ਜਿਹੜਾ ਬਾਕੀ ਮੇਰੇ ਕੋਲ ਜੇ ਲਤੀਫੇ ਕਰਦੀ ਹੈ, ਚੁਟਕਲੇ ਕਰਦੀ ਹੈ, ਜੋ ਕਰਦੀ ਹੈ, ਮੇਰੇ ਕੋਲ ਬਹੁਤ ਆ। ਜ਼ਰੂਰ ਸੁਣਾਇਆ ਕਰੋ, ਸੁਣਾਇਆ ਕਰੋ ਯਾਰ। ਪਰ ਮਹਿਬੂਬ ਸਾਹਿਬ ਤੁਹਾਡੇ ਅਦਾ ਕੋਈ ਲੇਖਾ ਨਹੀਂ ਗਾ। ਥੈਂਕ ਯੂ ਜਨਾਬ, ਇਹ ਤਾਂ ਤੁਹਾਡੀ ਕਿਰਪਾ ਔਰ ਤੁਹਾਡੀ ਨਜ਼ਰ ਹੈ। ਇਹ ਮੈਨੂੰ ਤਾਂ ਲੱਗਦਾ ਵੀ ਤੁਸੀਂ ਪੰਜਾਬ ਆਪਣੇ ਪਾਕਿਸਤਾਨ ਦਾ ਕੋਈ ਇਲਾਕਾ ਛੱਡਿਆ ਹੀ ਨਹੀਂ ਗਾ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਪਾਕਿਸਤਾਨ ਤੋਂ ਆਏ ਆ, ਸਾਡੇ ਬਜ਼ੁਰਗ ਆਏ ਆ। ਤੇ ਮੈਂ ਸੋਚਦਾ ਸੀ ਤੇ ਬੈਠਾ ਵੀ ਜਿਹਨੂੰ ਜੋ ਕਾਲਜ ਆਉਂਦੇ ਆ, ਜਦੋਂ ਗੱਲ ਕਰਦੇ ਆ ਕਿੱਥੇ ਆ ਕਿੱਥੇ ਆ, ਤੁਸੀਂ ਉੱਥੇ ਪਹੁੰਚੇ ਹੋਣੇ ਔਰ ਸਹੀ ਪਹੁੰਚਣਾ ਤੱਕ ਲੋ ਬੰਦੇ ਤਸੱਲੀ ਨਾਲ ਵਾਪਸ ਜਾਂਦੇ ਨੇ। ਔਰ ਬਾਬਾ ਜੀ ਕਈ ਵਾਰੀ ਮੈਂ ਵੀ ਇਹ ਕਹਿੰਦਾ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਭਾਗੋ ਨਹੀਂ ਖਾਲੀ, ਬਾਕੀ ਇਹ ਉਹਨਾਂ ਦਾ ਕੰਮ। ਪਰ ਭਾਗੋ ਜਿਹੜੀ ਨਾ ਭਾਗਾਂ ਵਾਲੀ ਆ ਨਾ। ਹਾਂ ਬਿਲਕੁਲ, ਭਾਗਾਂ ਵਾਲੀ ਭਾਗੋ ਨਾ, ਭਾਗੋ ਭਾਗਾਂ ਵਾਲੀ। ਕੀ ਬਾਤ ਹੈ! ਤੇ ਲਹਿਰੀ ਸ਼ਹਿਰੀ ਸਾਹਿਬ ਕਰਮਾਂ ਵਾਲੇ ਆ। ਵਾਹ, ਇਹ ਤੇ ਤੁਹਾਡੀਆਂ ਨਜ਼ਰਾਂ ਜੇ, ਕੀ ਬਾਤ! ਹਾਂਜੀ, ਇਹ ਤੇ ਤੁਹਾਡਾ ਪਿਆਰ ਵੀਰ ਜੀ, ਤੁਹਾਡਾ ਮੈਂ ਇਥੇ ਪ੍ਰੋਗਰਾਮ ਦੇਖ ਰਿਹਾ ਆ ਜੀ, ਠੀਕ ਰਹਿੰਦੀ ਆ ਤੁਹਾਡੀ ਮੁਹੱਬਤ ਹੈ ਜੀ ਜੀ। ਇਹ ਤੁਹਾਡਾ ਪਿਆਰ ਆਪਣੇ ਬਾਬਾ ਜੀ, ਜਿਵੇਂ ਪਹਿਲਾਂ ਵੀ ਮੈਂ ਕਹਿ ਰਿਹਾ ਸੀ ਕਿ ਕੋਈ ਸਾਨੂੰ ਯਾ ਭਾਈ ਕਹਿੰਦਾ, ਕੋਈ ਬਹੁਤ ਚਿਰ ਦੀ ਗੱਲ ਆ, ਸ਼ੇਰੀ ਸਾਹਿਬ ਤੁਹਾਨੂੰ ਯਾਦ ਹੀ ਹੋਣਾ ਹੈ। ਇਹ ਤੁਹਾਡੀ ਮੁਹੱਬਤ ਹੈ, ਨਹੀਂ ਤਾਂ ਜਗਤਾਰ ਸਿੰਘ ਸ਼ਹਿਰੀ ਚ ਕੋਈ ਐਸੀ ਗੱਲ ਨਹੀਂ। ਜਗਤਾਰ ਸਿੰਘ ਸ਼ਹਿਰੀ ਜੀ ਜੀ, ਨਾ ਕੋਈ ਦੁਸ਼ਮਣ ਨਾ ਕੋਈ ਬੈਰੀ, ਇਹ ਤੁਹਾਡੀਆਂ ਅੰਦਰ ਰਹਿੰਦੀ ਇਹਦੀ ਗਹਿਰੀ ਤਾਂ ਸਭ ਦਾ ਇਹ, ਔਰ ਹਮੇਸ਼ਾ ਜੰਮਦੀ ਰਹੇ ਸਾਡੇ ਪਿਆਰ ਦੀ ਕਚਹਿਰੀ। ਕੀ ਬਾਤ! ਹਾਂਜੀ, ਔਰ ਕਦੇ ਵੀ ਕਿਸੇ ਦੀ ਨਜ਼ਰ ਨਾ ਲੱਗੇ ਕਹਿਰੀ। ਚੰਗਾ ਵੀਰ ਜੀ, ਹੁਣ ਆਪਾਂ ਬਸ ਕਰੀਏ, ਬਸ ਚਲੋ ਠੀਕ ਹੈ, ਹੋਣਗੇ ਫੋਨ ਤੇ।
ਓਕੇ ਰੱਬ ਰੱਖੇ, ਬਹੁਤ ਸਾਰਾ ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਈ, ਗ੍ਰੇਟ, ਹਮੇਸ਼ਾ ਹੱਸਦੇ ਰਹਿਣ, ਖੁਸ਼ ਰਹਿਣ।